ਹੁਣ ਬੇਟੇ ਤੁਸੀਂ ਨੈਕਸਟ ਸਲਾਈਡ ਦੇਖ ਰਹੇ ਹੋਵੋਗੇ, ਨੈਕਸਟ ਸਲਾਈਡ ਦੇ ਅੰਦਰ ਹੈ ਟੈਕਸ ਰੇਟਸ ਅੰਡਰ GST। GST ਦੇ ਅੰਦਰ ਬੇਸਿਕਲੀ 5 ਸਲੈਬਸ ਹੈ, ਠੀਕ ਹੈ। ਹੁਣ ਇੱਕ ਇੱਕ ਕਰਕੇ ਮੈਂ ਤੁਹਾਨੂੰ ਰੀਡ ਕਰਵਾ ਦੇਵਾਂ। ਪਹਿਲਾਂ ਤਾਂ ਬੇਟੇ ਇੱਕ 0% GST। 0% GST ਦਾ ਮਤਲਬ ਇਹ ਹੈ ਕਿ ਇਹਨਾਂ ਦੇ ਉੱਪਰ GST ਹੈ ਹੀ ਨਹੀਂ। ਬੇਸਿਕਲੀ ਬੇਟੇ ਜੋ ਸਾਡੀਆਂ ਨੈਸੈਸਿਟੀਜ਼ ਹੁੰਦੀਆਂ ਨੇ ਉਹਨਾਂ ਦੇ ਉੱਪਰ ਹੁੰਦਾ ਹੈ 0%। ਮਤਲਬ 0% ਦਾ ਬੇਸਿਕਲੀ ਮਤਲਬ ਕੀ ਹੈ, ਫੋਰ ਦਾ ਟਾਈਮ ਬੀਂਗ ਗੌਰਮੈਂਟ ਨੇ, ਸੈਂਟਰਲ ਗੌਰਮੈਂਟ ਨੇ ਇਹਦੇ ਉੱਪਰ GST ਦਾ ਰੇਟ ਕੁਛ ਨਹੀਂ ਰੱਖਿਆ ਹੋਇਆ, 0% ਹੈ। ਪਰ ਕਦੀ ਵੀ ਕੋਈ ਵੀ ਨੋਟੀਫਿਕੇਸ਼ਨ ਜਾਂ ਅਮੈਂਡਮੈਂਟ ਕੀਤੀ ਜਾ ਸਕਦੀ ਹੈ ਕਿ ਜਿਹਦੇ ਵਿੱਚ 0% ਤੋਂ ਰੇਟ ਇਨਕਰੀਜ਼ ਕੀਤਾ ਜਾ ਸਕਦਾ ਹੈ, ਜਾਂ ਉਹਨੂੰ 5% ਜਾਂ 12 ਜਾਂ 18 ਜਾਂ 28 ਦੀ ਕੈਟੇਗਰੀ 'ਚ ਪਾਇਆ ਜਾ ਸਕਦਾ। ਬੇਸਿਕਲੀ ਇਹ ਰੇਟਸ ਟੂ ਜੋ ਡਿਟਰਮਾਈਨ ਕੀਤਾ ਜਾਂਦਾ ਹੈ ਕਿ ਕਿਹੜੀ ਗੁੱਡਸ ਦੇ ਉੱਪਰ 0% ਹੋਏਗਾ, ਕਿਹੜੀ ਗੁੱਡਸ ਦੇ ਅੰਦਰ 5% ਹੋਏਗਾ, ਕਿਹੜੀ ਗੁੱਡਸ ਦੇ ਉੱਪਰ 12% ਹੋਏਗਾ, ਕਿਹੜੀ ਗੁੱਡਸ ਦੇ ਉੱਪਰ 18% ਹੋਏਗਾ, ਜਾਂ ਕਿਹੜੀ ਗੁੱਡਸ ਦੇ ਉੱਪਰ 28% ਹੋਏਗਾ। ਬੇਸਿਕਲੀ ਇਹ ਕੌਣ ਕਰਦਾ ਹੈ, GST ਕੌਂਸਿਲ। ਇੱਕ GST ਕੌਂਸਿਲ ਬਣੀ ਹੋਈ ਹੈ ਔਰ ਗੌਰਮੈਂਟ ਆਫ ਇੰਡੀਆ ਨੇ, ਸੈਂਟਰਲ ਗੌਰਮੈਂਟ ਨੇ, ਔਰ ਸਾਰੀ ਪਾਵਰ ਉਹ ਕਿਹਨੂੰ ਦਿੱਤੀ ਹੋਈ ਹੈ, GST ਕੌਂਸਿਲ। GST ਕੌਂਸਿਲ ਬੇਟੇ ਡਿਸਾਈਡ ਕਰਦੀ ਹੈ ਕਿ ਕਿਹੜੀਆਂ ਗੁੱਡਸ ਦੇ ਉੱਪਰ ਫੋਰ ਦਾ ਟਾਈਮ ਬੀਂਗ GST ਦਾ ਰੇਟ ਕੀ ਹੋਣਾ ਚਾਹੀਦਾ, ਠੀਕ ਹੈ। ਬੇਸਿਕਲੀ GST ਕੌਂਸਿਲ ਨੇ ਹੁਣ ਤੱਕ 5 ਸਲੈਬ ਰੇਟਸ ਨਿਕਾਲੀਆਂ ਨੇ। 0% ਆਪਣੇ ਆਪ ਦੇ ਵਿੱਚ ਇੱਕ GST ਰੇਟ ਹੈ। 0% ਦਾ ਇਹ ਮਤਲਬ ਇਹ ਨਹੀਂ ਹੈ ਕਿ ਇਹ ਐਗਜ਼ੰਪਟਡ ਗੁੱਡਸ ਨੇ ਜਾਂ ਇਨਰੇਟਡ ਗੁੱਡਸ ਹੈ, ਕਲੀਅਰ ਹੋ ਰਹੀ। 0% ਆਪਣੇ ਆਪ ਦੇ ਵਿੱਚ ਇੱਕ ਰੇਟ ਹੈ, ਜੋ ਫੋਰ ਦਾ ਟਾਈਮ ਬੀਂਗ ਹੈ 0% ਹੈ। ਇਹਨੂੰ ਕਦੀ ਵੀ 5, 12, 18 ਜਾਂ 28 ਦੀ ਕੈਟੇਗਰੀ 'ਚ ਪਾਇਆ ਜਾ ਸਕਦਾ। ਸਲੈਬਸ ਦਾ ਮਤਲਬ ਬੇਟੇ ਕੀ ਹੁੰਦਾ ਹੈ ਕਿ ਅਲੱਗ ਅਲੱਗ ਰੇਟ ਨੇ। ਇੱਕ ਹੁੰਦਾ ਫਲੈਟ ਰੇਟ, ਇੱਕ ਹੁੰਦਾ ਸਲੈਬ ਰੇਟ। ਸਲੈਬ ਰੇਟ ਦਾ ਮਤਲਬ ਹੈ ਕਿ ਸਾਰਿਆਂ ਦੇ ਅਲੱਗ ਅਲੱਗ ਰੇਟਸ ਹੈ। ਇੱਕ ਹੁੰਦਾ ਫਲੈਟ ਰੇਟ ਜੋ ਨੋਰਮਲੀ ਫੋਰਨ ਕੰਟਰੀਜ਼ 'ਚ ਹੁੰਦਾ। ਫਲੈਟ ਰੇਟ ਦਾ ਮਤਲਬ ਕੀ ਹੈ, ਜੋ ਮਰਜ਼ੀ ਹੋਇਆ ਹੈ ਹਰ ਇੱਕ ਤਰ੍ਹਾਂ ਦੀ ਗੁੱਡਸ ਔਰ ਸਰਵਿਸਿਜ਼ ਦੇ ਉੱਪਰ 5%, 10%, 12%, ਇੱਕੋ ਹੀ ਰੇਟ ਰੱਖਤਾ, ਜੋ ਮਰਜ਼ੀ ਕਰੀ ਜਾਓ ਇਹਦੇ 'ਤੇ 5% ਹੋਏਗਾ। ਇਹਦਾ ਮਤਲਬ ਉਹ ਫਲੈਟ ਰੇਟ ਹੋ ਜਾਂਦਾ, ਕਲੀਅਰ ਹੋ ਰਹੀ ਚੀਜ਼। ਪਰ ਸਾਡੇ ਇੰਡੀਆ ਦੇ ਅੰਦਰ ਫਲੈਟ ਰੇਟ ਐਪਲੀਕੇਬਲ ਨਹੀਂ ਹੁੰਦੇ, ਕਲੀਅਰ ਹੋ ਰਹੀ ਚੀਜ਼। ਗੁੱਡਸ ਦੀ ਨੇਚਰ ਔਰ ਗੁੱਡਸ ਦੇ ਯੂਜ਼ ਦੇ ਅਕੋਰਡਿੰਗਲੀ, ਉਹਦੀ ਅਸੈਂਸ਼ੀਅਲ ਰਿਕੁਆਇਰਮੈਂਟਸ ਦੇ ਅਕੋਰਡਿੰਗਲੀ GST ਦੇ ਰੇਟਸ ਬਦਲ ਦਿੱਤੇ ਜਾਂਦੇ ਹੈ, ਕਲੀਅਰ ਹੋ ਰਹੀ ਚੀਜ਼। ਇੱਦਾਂ ਹੀ ਸਾਡੇ ਇਨਕਮ ਟੈਕਸ ਦੇ ਅੰਦਰ ਹੈ। ਬੇਸਿਕਲੀ ਸਾਡਾ ਬੇਟੇ ਇੰਡੀਆ ਦੇ ਵਿੱਚ ਜੋ ਹੈ ਨਾ ਪ੍ਰੋਗਰੈਸਿਵ ਨੇਚਰ ਟੈਕਸ ਹੈ। ਪ੍ਰੋਗਰੈਸਿਵ ਨੇਚਰ ਟੈਕਸ ਦਾ ਮਤਲਬ ਕੀ ਹੁੰਦਾ ਹੈ ਕਿ ਜੋ ਲੋਅਰ ਕਲਾਸ ਹੋਏਗਾ ਉਹਦੇ ਉੱਪਰ ਟੈਕਸ ਦਾ ਬਰਡਨ ਘੱਟ ਹੋਏਗਾ ਐਜ਼ ਕੰਪੇਅਰ ਟੂ ਅਪਰ ਕਲਾਸ। ਮਤਲਬ ਜੀ ਆਪਾਂ ਇਹ ਬੋਲ ਦਈਏ ਕਿ ਲੋਅਰ ਕਲਾਸ ਇਹਦੇ 'ਤੇ ਟੈਕਸ ਦਾ ਬਰਡਨ ਸਭ ਤੋਂ ਘੱਟ ਹੋਣਾ ਚਾਹੀਦਾ, ਮਿਡਲ ਕਲਾਸ ਦੇ ਉੱਪਰ ਥੋੜ੍ਹਾ ਜਿਹਾ ਬਰਡਨ ਜ਼ਿਆਦਾ ਹੋਏਗਾ, ਔਰ ਜੋ ਰਿਚਰ ਕਲਾਸ ਹੋਏਗੀ ਉਹਨਾਂ ਦੇ ਉੱਪਰ ਬਰਡਨ ਸਭ ਤੋਂ ਜ਼ਿਆਦਾ ਹੋਏਗਾ, ਚਾਹੇ ਡਾਇਰੈਕਟ ਟੈਕਸ ਇਨਕਮ ਟੈਕਸ ਹੋਏ ਚਾਹੇ ਇਨਡਾਇਰੈਕਟ ਟੈਕਸ GST ਹੋਏ, ਕਲੀਅਰ ਹੋ ਰਹੀ ਜੀ। ਇਹਨੂੰ ਬੋਲਦੇ ਆ ਪ੍ਰੋਗਰੈਸਿਵ ਨੇਚਰ ਟੈਕਸ, ਕਲੀਅਰ ਹੋ ਰਹੀ। ਜਿੱਦਾਂ ਜਿੱਦਾਂ ਤੁਹਾਡੀ ਇਨਕਮ ਉੱਪਰ ਜਾਈ ਜਾਏਗੀ, ਜਿੱਦਾਂ ਜਿੱਦਾਂ ਤੁਸੀਂ ਉੱਪਰਲੇ ਸਕੇਲ 'ਤੇ ਰਿਚਰ ਕਲਾਸ ਦੇ ਵਿੱਚ ਜਾਈ ਜਾਓਗੇ ਤਾਂ ਤੁਹਾਨੂੰ ਟੈਕਸ ਦਾ ਬਰਡਨ ਜ਼ਿਆਦਾ ਹੋਏਗਾ, ਕਲੀਅਰ ਹੋ ਰਹੀ ਜੀ। ਸੇਮ ਇਨਕਮ ਟੈਕਸ ਦੇ ਅੰਦਰ ਵੀ ਇੱਦਾਂ ਹੀ ਹੈ। 2,50,000 ਰੁਪੀਸ ਤੱਕ ਨੋਰਮਲੀ ਜੋ ਅੱਜ ਦੀ ਤਰੀਕ ਦੇ ਵਿੱਚ ਚੱਲ ਰਹੀ ਹੈ, ਠੀਕ ਹੈ, 2,50,000 ਰੁਪੀਸ ਤੱਕ ਇਨਕਮ ਟੈਕਸ ਐਗਜ਼ੰਪਟ ਹੈ, ਐਗਜ਼ੰਪਸ਼ਨ ਲਿਮਿਟ ਹੈ। ਉਸ ਤੋਂ ਉੱਪਰ ਗਵਰਨਮੈਂਟ ਆਫ ਇੰਡੀਆ ਨੇ ਉਹਦੇ ਇਨਕਮ ਟੈਕਸ ਐਕਟ ਦੇ ਅੰਦਰ ਪਹਿਲਾਂ 5 ਲੱਖ ਤੱਕ 5% ਰੱਖਿਆ ਹੋਇਆ ਹੈ, ਫਿਰ 10 ਲੱਖ ਰੁਪੀਜ਼ ਤੱਕ ਔਰ 20% ਹੋ ਜਾਂਦਾ, ਦੈਨ ਅਬਵ 10 ਲੱਖ ਉਹ ਕਿੰਨਾ ਹੋ ਜਾਂਦਾ 30%, ਕਲੀਅਰ ਹੋ ਰਹੀ ਜੀ। ਇੱਦਾਂ ਹੀ ਬੇਟੇ GST ਦੇ ਵੀ ਕੀ ਹੈ, ਸਲੈਬ ਰੇਟਸ, ਅਲੱਗ ਅਲੱਗ ਰੇਟਸ ਨੇ, ਡਿਪੈਂਡਸ ਅਪੋਨ ਦੀ ਨੇਚਰ ਐਂਡ ਅਸੈਂਸ਼ੀਅਲ ਰਿਕੁਆਇਰਮੈਂਟਸ ਆਫ ਗੁੱਡਸ ਔਰ ਸਰਵਿਸਿਸ, ਠੀਕ ਹੈ। ਹੁਣ ਬੇਟੇ ਮੈਂ ਤੁਹਾਨੂੰ ਸਲਾਈਡ ਤੋਂ ਫਿਰ ਦੁਬਾਰਾ ਰੀਡ ਕਰਾਵਾਂ। ਇੱਕ 0% GST ਦਾ ਰੇਟ ਹੈ। 0% GST ਕਿੰਨਾ 'ਤੇ ਹੋਏਗਾ, ਇਟ ਇਨਕਲੂਡਸ ਅਸੈਂਸ਼ੀਅਲ ਆਈਟਮਸ ਆਫ ਮਾਸ ਕੰਜ਼ਮਪਸ਼ਨ, ਜਿਹੜੀਆਂ ਸਾਨੂੰ ਜ਼ਰੂਰੀ ਚੀਜ਼ਾਂ ਨੇ ਜੋ ਸਾਨੂੰ ਆਪਣੀ ਜ਼ਿੰਦਗੀ ਜੀਣ ਦੇ ਲਈ ਜ਼ਰੂਰੀ ਹੈ, ਜੋ ਹਰ ਇੱਕ ਪਰਸਨ ਨੂੰ ਜ਼ਰੂਰੀ ਹੈ, ਲਾਈਕ ਫੂਡ ਗ੍ਰੇਨਸ, ਠੀਕ ਹੈ, ਸੀਰੀਅਲਸ। ਅੱਛਾ, ਸੀਰੀਅਲਸ ਨਾ ਅਨਬ੍ਰੈਂਡਡ ਹੋਣੇ ਚਾਹੀਦੇ ਹੈ, ਔਰ ਫੂਡ ਗ੍ਰੇਨਸ ਨਾ ਲੂਜ਼ ਹੋਣੇ ਚਾਹੀਦੇ ਹੈ। ਮਤਲਬ ਫੂਡ ਗ੍ਰੇਨ ਪੈਕਡ ਨਹੀਂ ਹੋਣਾ ਚਾਹੀਦਾ, ਔਰ ਸੀਰੀਅਲਸ ਜੋ ਹੈ ਉਹ ਸਾਡੇ ਬ੍ਰੈਂਡ ਨਹੀਂ ਹੋਣੇ ਚਾਹੀਦੇ, ਬ੍ਰੈਂਡਡ ਨਹੀਂ ਹੋਣੇ ਚਾਹੀਦੇ। ਮਤਲਬ ਕਿ ਆਪਾਂ ਕਹਿ ਲਈਏ ਕਿ ਖੁੱਲੀਆਂ ਦਾਲਾਂ, ਖੁੱਲ੍ਹਾ ਆਟਾ, ਕਲੀਅਰ ਹੋ ਰਹੀ ਚੀਜ਼, ਸਮਝ ਲੱਗ ਰਹੀ ਹੈ। ਹਨੀ, ਹਨੀ ਮਤਲਬ ਸ਼ਹਿਦ, ਪਰ ਅਨਬ੍ਰੈਂਡਡ, ਕੋਈ ਮਤਲਬ ਕੋਈ ਡਾਬਰ ਦਾ ਜਾਂ ਇੱਦਾਂ ਹਨੀ ਨਹੀਂ ਹੋਣਾ ਚਾਹੀਦਾ, ਪਤੰਜਲੀ ਦਾ ਹਨੀ। ਅਗਰ ਪਤੰਜਲੀ ਡਾਬਰ ਦਾ ਹੀ ਗੱਲ ਹੋਏਗੀ ਤਾਂ ਫਿਰ ਬ੍ਰੈਂਡ ਦੀ ਗੱਲ ਹੋ ਜਾਏਗੀ, ਕਲੀਅਰ ਹੋ ਰਹੀ ਚੀਜ਼। ਮਤਲਬ ਅਨਬ੍ਰੈਂਡਡ ਪ੍ਰੋਡਕਟਸ ਜਿੱਦਾਂ ਆਪਾਂ ਬੋਲਦੇ ਹਾਂ, ਜੋ ਖੁੱਲ੍ਹੇ ਵਿਕਦੇ ਆ ਮਾਰਕੀਟ ਦੇ ਵਿੱਚ, ਜੋ ਬੋਰੀਆਂ ਦੇ ਵਿੱਚ ਮਤਲਬ ਕਿ ਆਪਾਂ ਕਹਿ ਲਈਏ ਕਿ ਲਿਆਏ ਜਾਂਦੇ ਆ, ਔਰ ਸ਼ੌਪਕੀਪਰ ਉਹਨੂੰ ਕੀ ਕਰ ਦਿੰਦਾ, ਕੰਜ਼ਿਊਮਰ ਨੂੰ ਸੇਲ ਕਰ ਦਿੰਦਾ। ਇਹਨਾਂ ਸਾਰਿਆਂ ਦੇ ਉੱਪਰ ਮਿਲਕ ਹੋ ਗਿਆ, ਵੈਜੀਟੇਬਲਸ ਹੋ ਗਏ, ਸਾਲਟ ਹੋ ਗਿਆ, ਲੱਸੀ ਹੋ ਗਈ, ਐਗਜ਼ ਹੋ ਗਿਆ, ਠੀਕ ਹੈ। ਹੁਣ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਲੱਸੀ ਤਾਂ ਸਾਨੂੰ ਫਿਰ ਪੀਣੀ ਚਾਹੀਦੀ ਹੈ, ਕਲੀਅਰ ਹੋ ਰਹੀ ਚੀਜ਼। ਔਰ ਮੈਂ ਵੀ ਈਵਨ ਕਿ ਬੇਟੇ ਲੈਕਚਰਸ ਦੇਣ ਆਉਂਦਾ ਵਾਂ, ਮੈਂ ਵੀ ਲੱਸੀ ਤੁਸੀਂ ਪੀ ਕੇ ਹੀ ਆਉਂਦਾ ਵਾਂ, ਠੀਕ ਹੈ।
कोई नींद नूंद नहीं आती लस्सी दे नाल। एक साडा एनर्जी ड्रिंक है जो पंजाबियों का है और लस्सी हर किसी को पीनी चाहिए थी। ठीक है अच्छा नैक्सट अगे देखो बेटे सारे के उपर रेट की होएगा GST का 0%। ठीक है फिर नैक्सट जो उन्होंने स्लैब रेट बनाई है वो 5% है और 5% की है 5% के अंदर की कवर्ड हो रहा है इट इंक्लूड्स कॉमन यूज आइटम्स लाइक शुगर मतलब चीनी टी चाह पत्ती होगी कॉफ़ी वेजिटेबल ऑयल पैक्ड फूड ग्रेन्स। ठीक है पैक्ड अगर फूड ग्रेन्स होंगे फ्रूट्स नट्स सीरियल्स ब्रांडेड सीरियल्स इतने कवर्ड हो गए कोल फार्मास्यूटिकल आइटम्स प्रिंट मीडिया एटसेट्रा इन सारे के उपर की रेट चल रहा है जो GST का है 5%। इस तो इलावा भी कुछ होएगा इस करके मैं एटसेट्रा लिख के छोड़ रहा। नैक्सट बेटे 12% GST वाली जो 12% जड़िया आइटम्स के उपर GST लगता है 12% वाली स्लैब कि लगती है इट इंक्लूड्स बटर बटर के उपर 12% है जैम घी जूसिस आलमोंड कंडेंस्ड मिल्क पिकल्स मुरब्बा बीवरेजिज मोबाइल्स प्रिंटिंग एंड स्टेशनरी एटसेट्रा सारे के उपर जो GST का रेट की है 12%। क्लियर हो रही चीज ए वैसे यूथ के लिए जो बच्चों अज की तरीक के सब तो ज़्यादा जरूरी चीज़ चाहिए है वह साढ़े मोबाइल फोनस और मोबाइल फोनस के उपर की GST रेट चल रहा है 12%। क्लियर हो रही चीज़। ठीक है नैक्सट अगे 18% GST अच्छा 18% वाली बेटे स्लैब कि लगेगी इट इंक्लूड्स मैक्सीम गुड्स एंड ऑल सर्विसिज लाइक कि गुड्स हो गई फॉर एग्जाम्पल मशीनरी फर्नीचर आयरन एंड स्टील। ठीक है लोहा हो गया और स्टील होगी हेयर ऑयल शैम्पू सोप टूथपेस्ट आइसक्रीम प्रिंटर कंप्यूटर डिजिटल मीडिया सारे के उपर जो GST का रेट चल रहा वो कि चल रहा है 18%। ठीक है इन्होंने बेटे कुछ भी चेंज हो सकता है मैं तो तुम्हें प्रेजेंट सिनेरियो दस रहा कि की है। ठीक है यहाँ 5 स्लैब्स है और नैक्सट अगे बेटे 28% GST वाली स्लैब की होएगी इट इंक्लूड्स लग्जरी आइटम्स यद रिचर क्लास परसनस की गल हुई ना यद अमीरा की गल शुरू होगी हूँ इट इंक्लूड्स लग्जरी आइटम्स। ठीक है लग्जरी आइटम्स तुम कोई लग्जरी कार परचेज करोगे मोटर कार हो गया तुम देखोगे TV AC इलैक्ट्रीकल गुड्स पॉलिश एरेटेड ड्रिंक्स हो गया अच्छा एक टोबैको टोबैको गवर्नमेंट घट तो घट वो कंजम्पशन करना चाहती है इस करके ये तो रेट कि रखा गया 28%। क्लियर हो रही चीज समझ लग रही है। हाँ जी बेटे अपना बेसिक ऑब्जेक्टिव मैं टैक्स रेट समझा का सिर्फ यही कि तुम इन याद रखना है कि हाँ भी 5% कितने तो लगना है 12% कितने तो लगना है 18-28% कितने तो लगना है अपन यह सब कुछ याद नहीं रखना। मैं तो सिर्फ तुम्हें दिखाना चाहता सीगा कि GST दे जो टैक्स रेट्स है वो 5 स्लैब्स के अंदर है और जो भी आप GST की कैलकुलेशन करनी होती है या GST के उपर कि टैक्स रेट लगना चाहिए वै तो सानू वो स्लैब्स के चैक करना पैंता वै कि मेरिया गुड्स और सर्विसिज कि स्लैब के आ रही हैं समझ लगती भी चीज़ ए जस्ट थोड़ी मैं जनरल नॉलेज वास्ते तुम्हें दिखाया वै कि हाँ जी GST के अंदर 5 स्लैब रेट्स है जो भी तुम GST लगा लगोगे किसी गुड्स और सर्विसिज के उपर फर्स्टली यू शुड चैक स्लैब्स। क्लियर हो रही चीज़। अच्छा ये जरूरी नहीं है कि अज की तरीक के स्लैब रेट्स जिड़िया ने मैं तुम्हें दिखाइया ने इन फ्यूचर कभी भी GST कौंसिल इन चेंजिज कर सकती है ये तुम खुद अपडेट रहना कि चेंजिज हो रही ने। अगर आप एग्जाम पॉइंट ऑफ व्यू देखिए तो एग्जाम पॉइंट ऑफ व्यू तो बिल्कुल इररेलीवेंट है क्योंकि +1 अकाउंटिंग के अंदर सानू एग्जामीनर दसेगा कि हाँ भी कि अगर परचेजिस कर रहे हो तो वो उपर GST ए है अगर तुम सेल्स करोगे उन्होंने GST ए है। क्लियर हो रही जी। एज ए स्टूडेंट पॉइंट ऑफ व्यू कि सिर्फ तुम्हें एग्जामीनर नहीं बोल देना स्टूडेंट पॉइंट ऑफ व्यू तुम्हें इतने कुछ भी याद रखने की लड़ नहीं है पर जनरल नॉलेज के लिए बेटे है 5 स्लैब्स। क्लियर हो रही चीज़। ठीक है